ਨਵੇਂ ਬਰੇ ਦੀ ਆਮਦ ਤੋਂ ਪਹਿਲਾਂ ਪੰਜਾਬ ਸਰਕਾਰ ਉਹਨਾਂ ਲੋਕਾਂ ਨੂੰ ਉਹਨਾਂ ਘਰਾਂ ਨੂੰ ਇੱਕ ਤੋਹਫ਼ਾ ਦੇਣ ਜਾ ਰਹੀ ਹੈ ਤੋਹਫ਼ਾ ਕੀ ਹੈ ਸਕੀਮ ਕੀ ਹੈ ਘਰ ਘਰ ਅਨਾਜ ਪਹੁੰਚਾਉਣ ਦੀ ਗੱਲ ਜਿਸ ਨੂੰ ਆਟਾ ਦਾਲ ਸਕੀਮ ਕਹਿ ਲਈਏ ਕਣਕ ਆਟਾ ਸਕੀਮ ਕਹਿ ਲਈਏ ਉਸ ਦੀ ਹੁਣ ਹੋਮ ਡਿਲੀਵਰੀ ਜਲਦੀ ਸ਼ੁਰੂ ਹੋ ਜਾਣੀ ਹੈ ਤੇ ਜਿਨ੍ਹਾਂ ਦੇ ਕਾਰਡ ਬਣੇ ਨੇ ਕਾਰਡ ਹੋਲਡਰ ਹੁਣ ਉਹਨਾਂ ਨੂੰ ਡੀਪੂ ਤੇ ਲਾਈਨ 'ਚ ਲੱਗਣ ਦੀ ਜ਼ਰੂਰਤ ਨਹੀਂ ਪਵੇਗੀ ਜਾਂ ਫਿਰ ਉਸ ਦੇ ਹੜੇ ਕੱਢਣ ਦੀ ਲੋੜ ਨਹੀਂ ਪਵੇਗੀ ਹਾਲਾਂਕਿ ਪਹਿਲਾਂ ਡੀਪੂ ਹੋਲਡਰ ਰਹੀ ਇਸ ਉਹ ਚੈਲੰਜ ਕਰ ਰਹੇ ਸਨ ਕਿ ਇਸ ਦੇ ਨਾਲ ਖੱਜਲ ਖੁਆਰੀ ਵੱਧ ਜਾਣੀ ਹੈ ਹੋਰ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਆਉਣਗੀਆਂ ਤਾਂ ਪੰਜਾਬ ਸਰਕਾਰ ਨੇ ਪਿਛਲੇ ਸਾਲ ਇਸ ਸਕੀਮ ਦੇ ਉੱਤੇ ਰੋਕ ਲਾਉਣੀ ਪਈ ਸੀ ਹਾਲਾਂਕਿ ਮਸਲੇ ਇਸ ਤਰ੍ਹਾਂ ਦੇ ਜਿਹੜੇ ਰੁਕ ਜਾਂਦੇ ਨੇ ਉਹ ਅਦਾਲਤਾਂ ਤੱਕ ਵੀ ਪਹੁੰਚਦੇ ਨੇ ਪਰ ਹੁਣ ਹਰੀ ਝੰਡੀ ਮਿਲੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਨੂੰ ਹਰੀ ਝੰਡੀ ਦਿੱਤੀ ਹੈ ਪ੍ਰਵਾਨਗੀ ਦੇ ਦਿੱਤੀ ਹੈ ਇਸ ਦੇ ਬਾਰੇ ਰਿਪੋਰਟਾਂ ਛਾਪਣ ਲੱਗੀਆਂ ਨੇ ਹੁਣ ਇੱਕ ਰਿਪੋਰਟ ਦੇ ਹਵਾਲੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਜਿਹੜੀ ਜਾਣਕਾਰੀ ਇਹ ਹੈ ਕਿ ਜਿਹੜੀ ਆਟਾ ਦਾਲ ਸਕੀਮ ਹੈ ਕਣਕ ਆਟਾ ਉਹ ਘਰ-ਘਰ ਪਹੁੰਚੇਗਾ ਔਰ ਪਹੁੰਚੇਗਾ ਵੀ ਕਦੋਂ ਇਹ ਵੀ ਸੰਭਾਵਨਾਵਾਂ ਨੇ ਕਿ ਗੁਰਪੁਰਬ ਦੇ ਮੌਕੇ ਦੇ ਉੱਤੇ ਪਹਿਲੇ ਦਿਨ ਇਸ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਜਾ ਸਕਦੀ ਹੈ ਇਸ ਦੀ ਜੇਕਰ ਸ਼ੁਰੂਆਤ ਹੋ ਜਾਂਦੀ ਹੈ ਤਾਂ ਇਸ ਦਾ ਮਤਲਬ ਸਾਫ਼ ਹੈ ਫਿਰ ਕਿ ਅਗਲੇ ਆਉਣ ਵਾਲੇ ਸਮਿਆਂ ਦੇ ਵਿੱਚ ਚਾਹੇ ਉਹ 6 ਮਹੀਨੇ ਦਾ ਇਕੱਠਾ ਰਾਸ਼ਨ ਘਰ ਤੱਕ ਪਹੁੰਚਾਇਆ ਜਾਵੇ ਕਿਉਂਕਿ ਪਹਿਲਾਂ ਵੀ ਪਹਿਲਾਂ ਤਮਾਹੀ ਤੇ ਫਿਰ ਸ਼ਮਾਹੀ ਦੇ ਹਿਸਾਬ ਦੇ ਨਾਲ ਵੀ ਰਾਸ਼ਨ ਮਿਲਦਾ ਰਿਹਾ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਨੀਲੇ ਕਾਰਡ ਬਣੇ ਸਨ ਉਸ ਤੋਂ ਬਾਅਦ ਜਿਹੜੇ ਰਾਸ਼ਨ ਕਾਰਡ ਨੇ ਉਸ ਦੇ ਆਧਾਰ ਦੇ ਉੱਤੇ ਜਿਨ੍ਹਾਂ ਨੂੰ ਇਹ ਮੁਫਤ ਦੇ ਵਿੱਚ ਅਨਾਜ ਮਿਲਦਾ ਉਹਨਾਂ ਘਰਾਂ ਨੂੰ ਲੈ ਕੇ ਇਹ ਸਕੀਮ ਸ਼ੁਰੂ ਹੋਈ ਹੈ ਔਰ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਰਿਹਾ ਹੈ ਇਸ ਸਕੀਮ ਦੀ ਆਲੋਚਨਾ ਵੀ ਕਾਫੀ ਹੁੰਦੀ ਰਹੀ ਹੈ ਪਰ ਕਿਸੇ ਵੀ ਸਰਕਾਰ ਨੇ ਕਿਉਂ ਕੀ ਇਹ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀ ਸਰਕਾਰ ਵੱਲੋਂ ਇਹ ਸਕੀਮ ਚਾਲੂ ਹੋਈ ਸੀ ਤੇ ਉਦੋਂ ਤੋਂ ਇਸ ਸਕੀਮ ਨੂੰ ਕਿਸੇ ਵੀ ਸਰਕਾਰ ਨੇ ਬੰਦ ਨਹੀਂ ਕੀਤਾ ਤੇ ਨਾ ਹੀ ਆਮ ਆਦਮੀ ਪਾਰਟੀ ਕਰਨ ਜਾ ਰਹੀ ਹੈ ਹਾਲਾਂਕਿ ਹੋਰ ਅਗਲਾ ਕਦਮ ਪੁੱਟ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਤਾਂ ਕਿ ਹੁਣ ਤਾਂ ਤੁਸੀਂ ਤੁਹਾਨੂੰ ਖੇਚਲ ਕਰਨ ਦੀ ਵਾਦ ਲੋੜ ਨਹੀਂ ਘਰ ਘਰ ਆਟਾ ਜਾਂ ਕਣਕ ਹੈ ਜਿਹੜੀ ਉਹ ਪੁੱਜ ਜਾਇਆ ਕਰੇਗੀ ਇਸ ਸਕੀਮ ਨੂੰ ਜਦੋਂ ਲੋਚਣਾ ਹੁੰਦੀ ਹੈ ਕਹਿੰਦੇ ਕਿ ਰੋਜ਼ਗਾਰ ਦੇ ਦਿਓ ਇਹ ਆਟਾ ਦਾਲ ਸਕੀਮਾਂ ਦੀ ਲੋੜ ਹੀ ਨਹੀਂ ਹੈ ਪਰ ਰੋਜ਼ਗਾਰ ਮਿਲਣਾ ਹੈ ਕਿ ਨਹੀਂ ਮਿਲਣਾ ਉਹ ਵੱਖਰੀ ਗੱਲ ਹੈ ਪਰ ਉਸ ਤੋਂ ਪਹਿਲਾਂ ਆ ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਹਰੀ ਝੰਡੀ ਜ਼ਰੂਰ ਦੇ ਦਿੱਤੀ ਹੈ ਟ੍ਰਿਬਿਊਨ ਦੀ ਛਾਪੀ ਰਿਪੋਰਟ ਦੇ ਵਿੱਚ ਸੀਨੀਅਰ ਪੱਤਰਕਾਰ ਚਰਨਜੀਤ ਭੋਲਰ ਦੀ ਰਿਪੋਰਟ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਗੁਰਪ੍ਰੋਪਤੋਂ ਇਸ ਨਵੀਂ ਯੋਜਨਾ ਦੀ ਸੌਫਟ ਲਾਂਚਿੰਗ ਕਰ ਸਕਦੇ ਨੇ ਜੇਕਰ ਕੋਈ ਰੁਕਾਵਟ ਵੀ ਆ ਜਾਂਦੀ ਹੈ ਕਿਸੇ ਕਰਕੇ ਤਕਨੀਕੀ ਸਮੱਸਿਆਵਾਂ ਆ ਜਾਂਦੀਆਂ ਨੇ ਜਿਹੀਆਂ ਸਕੀਮਾਂ ਨੂੰ ਲਾਂਚ ਕਰਨ ਵੇਲੇ ਫਿਰ ਵੀ ਨਵੇਂ ਬਰੇ ਤੋਂ ਪਹਿਲਾਂ ਪਹਿਲਾਂ ਹੋਮ ਡਿਲੀਵਰੀ ਆ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ ਪੰਜਾਬ ਕੈਬਨਿਟ ਨੇ ਪਿਛਲੇ ਸਾਲ 3 ਮਈ ਨੂੰ ਆਟੇ ਦੀ ਹੋਮ ਡਿਲੀਵਰੀ ਸ਼ੁਰੂ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਸੀ ਤੇ ਪਹਿਲੀ ਅਕਤੂਬਰ ਤੋਂ ਇਸ ਸਕੀਮ ਦੀ ਸ਼ੁਰੂਆਤ ਵੀ ਹੋਣੀ ਸੀ ਉਸ ਸਮੇਂ ਸਰਕਾਰ ਦੇ ਇਸ ਫੈਸਲੇ ਨੂੰ ਡੀਪੂ ਹੋਲਡਰਾਂ ਨੇ ਹਾਈ ਕੋਰਟ ਚ ਚੁਣੌਤੀ ਦਿੱਤੀ ਜਿਸ ਕਰਕੇ ਮਾਮਲਾ ਪਛੜ ਗਿਆ ਸੀ ਤੇ ਹੁਣ ਸੂਬਾ ਸਰਕਾਰ ਇਸ ਸਕੀਮ ਨੂੰ ਆਉਣ ਵਾਲੀਆਂ ਆਗਾਮੀ ਪੰਚਾਇਤੀ ਚੋਣਾਂ ਤੋਂ ਪਹਿਲਾਂ ਪਹਿਲਾਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸ਼ੁਰੂਆਤ ਕਰਨਾ ਚਾਹੁੰਦੀ ਹੈ ਚਾਹ ਜੋ ਇਸ ਦੇ ਵਿੱਚ ਸਿਆਸੀ ਲਾਹਾ ਵੀ ਲਿਆ ਜਾ ਸਕੇ ਪਾਰਟੀ ਕੋਈ ਵੀ ਹੋਵੇ ਸੱਤਾਧਿਰ ਵਿੱਚ ਕੋਈ ਵੀ ਹੋਵੇ ਚਾਹੇ ਉਹ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਰਹੇ ਹੁਣ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਚਾਹੇ ਹੁਣ ਆਮ ਆਦਮੀ ਪਾਰਟੀ ਹਰੇਕ ਦਾ ਇਹ ਹੁੰਦਾ ਹੈ ਕਿ ਜਿਹੜੀਆਂ ਸਥਾਨਕ ਚੋਣਾਂ ਹੁੰਦੀਆਂ ਨੇ ਉਸ ਦੇ ਵਿੱਚ ਇਸ ਤਰ੍ਹਾਂ ਦੀਆਂ ਸਕੀਮਾਂ ਕਾਫੀ ਲਾਹਾ ਦੇ ਜਾਂਦੀਆਂ ਨੇ ਸਿਆਸੀ ਤੌਰ ਤੇ ਇਸ ਕਰਕੇ ਕਾਲੀ ਦੇ ਵਿੱਚ ਜਾਪ ਰਹੀ ਆ ਕਿਉਂਕਿ ਪਹਿਲਾਂ ਵੀ ਕਾਲੀ ਇਸ ਨੂੰ ਤਾਂ ਕਿਹਾ ਜਾ ਸਕਦਾ ਕਿਉਂਕਿ ਡੀਪੂ ਹੋਲਡਰਾਂ ਨੇ ਜਦੋਂ ਚੁਣੌਤੀ ਦਿੱਤੀ ਸੀ ਤਾਂ ਇਸ ਸਕੀਮ ਦੇ ਉੱਤੇ ਰੋਕ ਵੀ ਲੱਗੀ ਹਾਈ ਕੋਰਟ ਨੇ ਦਖਲ ਦਿੱਤਾ ਜਦੋਂ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਅਕਤੂਬਰ ਤੋਂ ਦਸੰਬਰ ਦੀ ਕਣਕ ਦੀ ਅਲੋਕੇਸ਼ਨ ਹੋ ਚੁੱਕੀ ਆ ਇਸ ਨੂੰ ਵੰਡਣ ਦਾ ਕੰਮ ਚੱਲ ਰਿਹਾ ਹੈ ਸਕੀਮ ਰਸਮੀ ਤੌਰ ਤੇ ਦਸੰਬਰ ਵਿੱਚ ਸ਼ੁਰੂ ਹੋਣੀ ਹੈ ਜਨਵਰੀ ਵਿੱਚ ਵੰਡੀ ਜਾਣ ਵਾਲੀ ਕਣਕ ਆٹے ਦੀ ਲਾਭਪਾਤਰੀਆਂ ਨੂੰ ਹੋਮ ਡਿਲੀਵਰੀ ਮਿਲੇਗੀ ਇਸ ਦੀ ਸੰਭਾਵਨਾ ਵੱਧ ਗਈ ਹੈ। ਮਾਰਕਫੈਡ ਵੱਲੋਂ ਕੁੱਲ 2700 ਮਾਡਲ ਫੇਅਰ ਪ੍ਰਾਈਸ ਦੁਕਾਨਾਂ ਤਿਆਰ ਕੀਤੀਆਂ ਜਾਣੀਆਂ ਨੇ ਇਨ੍ਹਾਂ ਚੋਤੀ ਨਵੰਬਰ ਤੱਕ ਘਰ-ਘਰ ਕਣਕ ਜਾਂ ਆਟਾ ਵੰਡਣ ਵਾਲੀਆਂ 800 ਨਵੀਆਂ ਮਾਡਲ ਫੇਅਰ ਜਿਹੜੀਆਂ ਨੇ ਪ੍ਰਾਈਸ ਦੁਕਾਨਾਂ ਤਿਆਰ ਹੋ ਜਾਣਗੀਆਂ। ਮਨਰੇਗਾ ਸਕੀਮ ਤਹਿਤ ਤਿਆਰ ਇਹ ਮਾਡਲ ਦੁਕਾਨਾਂ ਦਸੰਬਰ ਵਿੱਚ ਚਾਲੂ ਹੋ ਜਾਣੀਆਂ ਨੇ। ਸਰਕਾਰ ਨੇ ਪਹਿਲਾਂ ਹੀ ਕਣਕ ਦੀ ਪਸਾਈ ਲਈ 3 ਦਰਜਣ ਆਟਾ ਮਿਲਾਂ ਦੀ ਪਛਾਣ ਕਰ ਲਈ ਹੈ। ਦੋ ਟੈਂਡਰਾ ਮਗਰੋਂ ਚਾਰ ਵਿਕਰਤਾਵਾਂ ਨੂੰ ਆਟਾ ਜਾਂ ਕਣਕ ਬਚਾਉਣ ਦਾ ਕੰਮ ਲਾਟ ਕੀਤਾ ਜਾਵੇਗਾ ਹਾਲਾਂਕਿ ਜੇਕਰ ਆਟਾ ਮਿਲਦਾ ਹੈ ਤੇ ਕਈ ਵਾਰੀ ਮੌਸਮ ਦੇ ਹਿਸਾਬ ਨਾਲ ਕੀ ਇਸ ਸਕੀਮ ਦੇ ਵਿੱਚ ਬਦਲਾਅ ਵੀ ਕੀਤੇ ਜਾਣਗੇ ਕਿਉਂਕਿ ਕਣਕ ਹੈ ਜਿਹੜੀ ਉਸ ਨੂੰ ਧਾਮੀ ਉਸ ਦੇ ਵਿੱਚ ਨਮੀ ਕਿੰਨੀ ਹੋਵੇ ਕਿੰਨੀ ਨਾ ਹੋਵੇ ਧੁੱਪਾਂ ਜਦੋਂ ਨਿਕਲਦੀਆਂ ਉਦੋਂ ਅਨਾਜ ਨੂੰ ਸੁਕਾਉਣ ਦਾ ਕੰਮ ਵੀ ਕੀਤਾ ਜਾਂਦਾ ਤਾਂ ਕਿ ਕੋਈ ਕੀੜਾ ਨਾ ਲੱਗੇ ਘੋਣ ਨਾ ਲੱਗੇ ਜਿਸ ਦੇ ਕਰਕੇ ਅਨਾਜ ਖਰਾਬ ਹੋ ਜਾਵੇ ਪਰ ਜੇਕਰ ਆਟਾ ਦਿੱਤਾ ਜਾਵੇਗਾ ਤੇ ਆਟੇ ਦੀ ਖਾਸ ਕਰਕੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਮੀ ਪੈਂਦੇ ਨੇ ਤੇ ਉਦੋਂ ਸੰਭਾਵਨਾ ਹੁੰਦੀ ਹੈ ਕਿ ਖਰਾਬ ਨਾ ਹੋ ਜਾਣ ਕੀੜੇ ਨਾ ਪੈ ਜਾਣ ਤਾਂ ਕਿ ਆਟਾ ਜਿਹੜਾ ਘਰੇ ਵੰਡਿਆ ਜਾਣਾ ਹੈ ਕਿਸੇ ਮਹੀਨਿਆਂ ਦੇ ਵਿੱਚ ਜਾਂ ਕਿਸੇ ਤਮਾਈ ਛਮਾਈ ਦੇ ਵਿੱਚ ਇਸ ਮਸਲੇ ਦੇ ਵਿੱਚ ਆਟਾ ਜਿਹੜਾ ਉਹ ਨਾ ਦੇਖ ਕੇ ਕਣਕ ਵੰਡੀ ਜਾਵੇਗੀ ਜਾਂ ਫਿਰ ਆਟੇ ਨੂੰ ਘਰ-ਘਰ ਮੰਡਣ ਦੀ ਸਕੀਮ ਹੀ ਚੱਲਦੀ ਰਹੇਗੀ ਇਸ ਤੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੰਜਾਬ ਸਰਕਾਰ ਨੇ ਪੱਕਾ ਮੰਨ ਬਣਾ ਲਿਆ ਤੇ ਮੁੱਖ ਮੰਤਰੀ ਨੇ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਹੁਣ ਕੀ ਡੀਪੂ ਹੋਲਡਰ ਇਸ ਦੀ ਸਹਿਮਤੀ ਭਰਨਗੇ ਕੀ ਹਾਈ ਕੋਰਟ ਦੇ ਵਿੱਚ ਜਦੋਂ ਪਹਿਲਾਂ ਗਏ ਸਨ ਕਿ ਹੁਣ ਵੀ ਜਾ ਸਕਦੇ ਨੇ ਤਾਂ ਵੱਖਰੀਆਂ ਗੱਲਾਂ ਨੇ ਪਰ ਪੰਜਾਬ ਸਰਕਾਰ ਨੇ ਕਾਨੂੰਨਨ ਤੌਰ ਤੇ ਵੀ ਇਸ ਵਾਰੀ ਤਿਆਰੀ ਕਰ ਲਈ ਹੋਵੇਗੀ ਤਾਂ ਕਿ ਪਿਛਲੀ ਵਾਰੀ ਜਿਹੜੀਆਂ ਕਮੀਆਂ ਰਹਿ ਗਈਆਂ ਤੇ ਹੋਰ ਰੁਕਾਵਟਾਂ ਨਾ ਆਉਣ ਹੋਰ ਰੜੀਕੇ ਨਾ ਬਣਨ ਅਨਾਜ ਦੀ ਵੰਡ ਤੇ ਮਾਝ ਦੀ ਥਾਂ ਹੁਣ ਮਾਸਿਕ ਆਧਾਰ ਦੇ ਉੱਤੇ ਕੀਤੀ ਜਾਵੇਗੀ ਯਾਨੀ ਕਿ ਮਹੀਨਾਵਾਰੀ ਹੈ ਜਿਹੜੀ ਵੰਡ ਹੋਣ ਦੀ ਸੰਭਾਵਨਾ ਇਸ ਸਕੀਮ ਤੇ ਸਰਕਾਰ ਨੂੰ 670 ਕਰੋੜ ਰੁਪਏ ਦੀ ਲਾਗਤ ਆਉਣੀ ਹੈ ਵਾਦੂ ਬੋਝ ਪੈਣਾ 670 ਕਰੋੜ ਦਾ ਆਟਾ ਮਿਲਣ ਵਾਲੇ ਗੋਦਾਮਾਂ ਤੋਂ ਕਣਕ ਚੁੱਕਣਗੇ ਤੇ ਕਣਕ ਦੀ ਪਸਾਈ ਮਗਰੋਂ ਮਾਡਲ ਫੇਅਰ ਪ੍ਰਾਈਸ ਦੁਕਾਨਾਂ ਵਿੱਚ ਚਲਾਉਣ ਵਾਲੇ ਹੋਮ ਡਿਲੀਵਰੀ ਦੇਣਗੇ ਪਤਾ ਇਹ ਵੀ ਹੈ ਲੱਗਿਆ ਕਿ ਅਨਾਜ ਦੀ 5 ਕਿਲੋ ਤੇ 10 ਕਿਲੋ ਦੀ ਪੈਕਿੰਗ ਕੀਤੀ ਜਾਵੇਗੀ ਕਰੀਬ 1.41 ਕਰੋੜ ਲਾਭਪਾਤਰੀ ਇਸ ਸਕੀਮ ਦਾ ਫਾਇਦਾ ਲੈਣਗੇ ਤੇ ਹਰ ਮਹੀਨੇ 72500 ਮੀਟ੍ਰਿਕ ਟਨ ਅਨਾਜ ਵੰਡਿਆ ਜਾਣਾ ਇਸ ਤਰੀਕੇ ਦੇ ਨਾਲ ਮੁੱਖ ਮੰਤਰੀ ਵੱਲੋਂ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਤੇ ਰਸਮੀ ਤੌਰ ਤੇ ਅਗਲੇ ਮਹੀਨੇ ਹੀ ਹੋਮ ਡਿਲੀਵਰੀ ਸ਼ੁਰੂ ਹੋ ਜਾਣੀ ਹੈ ਪਰ ਜਨਵਰੀ 2024 ਦੇ ਵਿੱਚ ਯਾਨੀ ਕਿ ਨਵੇਂ ਸਾਲ ਦੇ ਪਹਿਲੇ ਮਹੀਨੇ ਦੇ ਅੰਦਰ ਹੀ ਜਦੋਂ ਘਰ-ਘਰ ਹੋਮ ਡਿਲੀਵਰੀ ਹੋਣੀ ਹੈ ਜਿਹੜੇ ਕਿ ਲੱਖਾਂ ਦੇ ਵਿੱਚ ਕਰੋਨਾ ਦੇ ਵਿੱਚ ਲਾਭਪਾਤਰੀ ਨੇ ਉਹਨਾਂ ਨੂੰ ਇਹ ਜਿਹੜੀ ਹੈ ਸਕੀਮ ਦਾ ਲਾਭ ਮਿਲੇਗਾ ਇਸ ਸਕੀਮ ਨੂੰ ਲੈ ਕੇ ਜੋ ਪੰਜਾਬ ਸਰਕਾਰ ਨੇ ਤਿਆਰੀ ਖੇਚੀ ਹੈ ਤੁਹਾਨੂੰ ਕੀ ਲੱਗਦਾ ਹੈ ਇਸ ਸਕੀਮ ਦਾ ਜਿਹੜਾ ਕੁੱਟਿਆ ਗਿਆ ਕਦਮ ਲਾਹੇਵੰਦ ਦਾ ਸਾਰਥਕ ਹੈ ਪੰਜਾਬ ਦੇ ਹਿੱਤਾਂ ਲਈ ਜਾਂ ਫਿਰ ਇਸ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਤਬਦੀਲੀ ਦੀ ਲੋੜ ਹੈ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਫਿਲਹਾਲ ਅਗਲੇ ਅਪਡੇਟ ਤੱਕ ਲਈ ਬਨੇ ਰਹੋ এবੀਸੀ ਪੰਜਾਬ ਦੇ ਨਾਲ